ਹਾਂਜੀ, ਕੀ ਹਾਲ ਆ ਸਾਰੇ ਵੀਰਾਂ ਦਾ? ਹੋਰ ਕੀ ਬਣਦਾ ਕਰਦਾ ਮੇਰੇ ਵੀਰੋ? ਪੁੱਤਰ ਪਵਾਤਰ ਸੈੱਟ ਆਈ ਸਾਰੇ ਵੀਰਾਂ ਦੇ ਘਰ ਪਰਿਵਾਰ ਠੀਕ ਹੈ? ਲਓ ਜੀ, ਅੱਜ ਕਹਿੰਦੇ ਪੇਂਟਰ ਚੇਂਜ ਹੋ ਗਿਆ ਮੇਰੇ ਵੀਰੋ, ਹੁਣ ਲਿਖਾਂਗੇ ਆਪਾਂ ਬਲਜੀਤ ਦਾ ਮੇਕਰ। ਇਹ ਹੈ ਬਲਜੀਤ ਦਾ ਪੇਂਟਰ ਹੈ, ਅਤੇ ਚੱਕਰ ਗਿਆ ਵੀ ਯਾਰ ਦਮਣੀ ਹੋ ਗਿਆ ਲੇਟ ਲੂਟ ਹੈ ਨਾ, ਅਤੇ ਉਹ ਪੁਰਦਾ ਖੇਤ ਖੂਤ ਗਿਆ ਹੋਣਾ ਹੈਗਾ, ਅਤੇ ਮੈਂ ਸੋਚਿਆ ਹੈ ਨਾ ਬਈ ਮੈਂ ਯਾਰ ਐਂ ਕੰਮ ਨਹੀਂ ਲੋਟਾਉਂਦਾ ਹੈ ਨਾ, ਕਿ ਨਹੀਂ ਤੁਸੀਂ ਆਪ ਸਿਆਣੇ ਹੋ ਯਾਰ, ਵੀ ਚੱਕਰ ਨਾ ਆਪਾਂ ਨੂੰ ਮੇਨ ਸਾਰਾ ਰੌਲਾ ਟਾਈਮ ਦਾ, ਆਪਾਂ ਨੂੰ ਐਂ ਕੋਈ ਨਹੀਂ ਯਾਰ, ਕੰਮ ਤਾਂ ਸਿਰੇ ਹੀ ਕਰਦਾ ਦਵਣੀ, ਬਾਕੀ ਚੰਗਾ ਮਾੜਾ ਜਿਵੇਂ ਮਰਜ਼ੀ ਕਰੀ ਜਾਂਦਾ ਯਾਰ ਉਹ, ਪਰ ਆਪਾਂ ਨੂੰ ਟਾਈਮ ਦਾ ਬਹੁਤ ਜ਼ਿਆਦਾ ਚੱਕਰ ਪੈ ਰਿਹਾ ਬਰੋ ਹੈ ਨਾ। ਤੁਸੀਂ ਆਪ ਹਿਸਾਬ ਲਾ ਲਓ ਵੀ ਅੱਜ ਤੋਂ ਕਿੰਨੇ ਦਿਨ ਪਹਿਲਾਂ ਖੁੱਡੇ ਤਿਆਰ ਹੋ ਗਏ ਸੀ, ਫਿਰ ਆਹ ਪੇਂਟ ਹੁਣ ਅੱਧ ਵਿਚਾਲਾ ਰਹਿ ਗਿਆ ਹੈ ਨਾ, ਉੱਪਰ ਸਵਾਦ ਨਹੀਂ ਆਉਂਦਾ ਕੰਮ ਦਾ ਬਈ, ਮੁੜ ਕੇ ਤਾਂ ਕਰਕੇ ਮੈਂ ਕਿਹਾ ਹੈ ਨਾ ਬਲਜੀ ਤਾਂ ਆਪਣਾ ਘੋਲ ਅਤੇ ਜਿਹੜਾ ਰਹੇਗਾ ਉਹਨੇ ਉਹਨੇ 'ਤੇ ਮਾਰ ਕੇ ਅਤੇ ਖੁੱਡੇ ਕਰ ਦੇਗੇ ਅੰਦਰੋਂ ਅੰਦਰੋਂ ਕੰਪਲੀਟ, ਅਤੇ ਬਾਕੀ ਦਾ ਕੰਮ ਬਾਹ ਬੂਹ 'ਚ ਦੇਖਿਆ ਹੋਊਗੀ, ਅਤੇ ਕਿਹੜਾ ਕਬੂਤਰ ਛੱਡ ਦਿੰਦੇ ਹਾਂ, ਤਾਂ ਕਰਕੇ ਛੋਟਾ ਗੱਟਾ ਹੀ ਲਿਆਂਦਾ ਬਈ ਆਹ 20 ਕਿਲੋ ਵਾਲਾ। ਅਤੇ ਵਲੋਗ ਦੀ ਸਟਾਰਟਿੰਗ ਉਦੋਂ ਨਹੀਂ ਕੀਤੀ ਸੀਗੀ, ਇਹ ਗੱਟਾ ਲਿਆਂਦਾ ਰੇਗ ਰੂਗ ਮਾਰ ਕੇ ਲਿਆਂਦੇ, ਉੱਤੋਂ ਮਾਰਨ ਵਾਲੇ ਹੁੰਦੇ ਆ, ਪਤਾ ਨਹੀਂ ਕਿੱਥੇ ਰੱਖ ਤੇਰਾ ਤਾਂ ਮੈਂ ਰੇਗ ਮਾਰ, ਅੱਛਾ ਉੱਥੇ ਪਿੱਛੇ ਰੱਖਿਆ ਜਿਹੜਾ ਮੈਂ, ਹੁਣ ਬਲਜੀਤ ਘੋਲਣ ਲੱਗਾ ਇਹਨੂੰ, ਇਹ ਬਣਾਉਂਦਾ ਇਹਦੀ ਮਲਾਈ, ਅਤੇ ਫਿਰ ਦੇਖਾਂਗੇ ਮਾਰ ਕੇ ਵੀ ਕੀ ਬਣਦਾ ਹੈਗਾ। ਸੱਚ ਮੈਂ ਘਰੇ ਆਇਆ ਵਾਂ, ਆਪਣੇ ਲੱਕੜ ਵਾਲੇ ਨਾ ਮਿਸਤਰੀ ਨੂੰ ਆਖਿਆ ਵੀ ਫੱਟੀਆਂ ਮਿਣ ਕੇ ਤਾਂ ਗਏ ਆ, ਵੀ ਵੱਢ ਕੇ ਉੱਥੇ ਫਿਕਸ ਕਰਿਆ ਹੈ ਨਾ ਸਾਡੀਆਂ। ਲਓ ਜੀ ਆ ਗਿਆ ਆਪਣੇ ਕੋਚ ਸਾਹਿਬ ਵਰਗਿਆਂ ਕੋਲੇ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਅਤੇ ਤੁਸੀਂ ਆਪਣਾ ਕੰਮ ਕੀਤਾ ਹੀ ਨਹੀਂ ਗਾ ਜੀ? ਸਤਿ ਸ਼੍ਰੀ ਅਕਾਲ ਜੀ, ਮੈਂ ਆਪਣੇ ਬੰਦੇ ਨੂੰ ਕੰਮ ਆਖਿਆ ਸੀਗਾ, ਹੈਂ ਅੱਛਾ ਅੱਜ ਕਰ ਦਿਓਗੇ? ਠੀਕ ਹੈ, ਇੱਕ ਥੋੜ੍ਹੇ ਜਿਹੇ ਆਪਣੇ ਬਿੱਡ ਲੋਡ ਕਰਨੀ ਸੀ, ਮਾੜਾ ਮਾਮੂਲੀ ਜਿਹਾ ਕੰਮ ਹੈ, ਉਹ ਵੀ ਪੋਤਲੇ ਘਰੇ ਲੈ ਕੇ ਜਾਵਾਂਗੇ, ਤਾਂ ਕਰਕੇ ਆਹ ਬਾਹਰ ਜ਼ਿਆਦਾ ਉਹ ਬਣਾਈ ਜਾਂਦੇ ਹੋ ਨਾ, ਕਿ ਗੇਟ ਮੇਨ ਹੈ ਤਾਂ ਕਰਕੇ। ਕਿਆ ਬਾਤਾਂ ਨੇ, ਹੈ ਮੇਨ ਗੇਟ ਕਰਕੇ ਆਹ ਚੀਜ਼ਾਂ ਹੈ, ਵਾਓ ਨਾਈਸ, ਸਿਰਾ ਲਾਈ ਜਾਂਦੇ ਆ ਕਹਿੰਦੇ। ਲਓ ਜੀ ਇੱਧਰ ਸਾਡਾ ਸੀਰਾ ਸਪਾਈਡਰਮੈਨ ਵੀ ਪਹੁੰਚਿਆ ਹੋਇਆ, ਹੋਰ ਫਿਰ ਸੀਰੇ ਸੈੱਟ ਹੈ, ਓਕੇ ਕੰਮ ਤੇ ਆ ਮੀਂਹ ਵਾਲਾ ਕੰਮ ਕੀ ਕਰਾਤਾ, ਐਡੀ ਛੇਤੀ ਮੌਸਮ ਕਿਵੇਂ ਚੇਂਜ ਹੋ ਗਿਆ, ਹੈਂ ਬਾਰਿਸ਼ ਦਾ ਮੌਸਮ ਕਰਾਤਾ ਤੂੰ? ਚੱਲ ਫਿਰ ਇੱਕ ਮਿੰਟ, ਮੈਂ ਮੋਟਰਸਾਈਕਲ ਚੱਕ ਲ ਕੇ ਚੱਲ ਗਏ ਬਈ, ਸੀਰੇ ਨੂੰ ਛੱਡਿਆ ਗਿਆ ਆਪਣੇ ਵੱਡੇ ਟੱਕ 'ਚ, ਕਿੰਨੇ ਕਿੱਲੇ ਉੱਥੇ, 35 ਕਿ 40 ਕਿੱਲੇ ਹੈ, 40 50 ਕਿੱਲੇ 5 ਕਿੱਲੇ 5 ਕਿੱਲੇ ਹਵਾ ਠੰਡੀ ਠੰਡੀ ਚੱਲ ਪੀਣਾ, ਵੇਖੀ ਚੱਲੀ ਮਾੜੀ ਮਾੜੀ ਭੂਰ ਵੀ ਪਵਾਉਂਗਾ ਹਜੇ, ਕਹਿੰਦੇ ਠੰਡੀਆਂ 18 ਹਵਾਵਾਂ ਚੱਲਦੀਆਂ, ਆਉਂਦਾ ਬੜਾ ਨਜ਼ਾਰਾ, ਵੇਖੋ ਵੀ ਕਿਆ ਬਾਤਾਂ ਨੇ, ਕਿਆ ਮੌਸਮ ਹੋ ਗਿਆ ਸੀਗਾ ਜੀ, ਕਹਿੰਦੇ ਨਜ਼ਾਰਾ ਆ ਗਿਆ। ਸੀਰੇ ਨੂੰ ਛੱਡਾਂ ਦਾ ਖੇਤ, ਤੇ ਆਈ ਥਿੰਕ ਸੋ ਦਵਣੀ ਦਾ ਮੇਕਰ ਨਹੀਂ ਆਇਆ ਹਜੇ, ਦਵਣੀ ਹਜੇ ਤੱਕ ਵੀ ਨਹੀਂ ਆਇਆ ਬਰੋ, ਹਾਏ ਪਤਲੀ ਪਤਲੀ ਹੈ ਨਾ, ਇਹ ਸਿੰਗਲ ਕੋਟ ਹੈ ਕਰਾਂ ਸਿੰਗਲ, ਤੇ ਇਹਦੇ ਉੱਤੇ ਫਿਰ ਐਂ ਪਤਲਾ ਪਤਲਾ ਹੀ ਡਬਲ ਪਾ ਜੱਜੂ, ਹੈਂ ਤੇ ਫਿਰ ਬਣੂਗਾ ਗੱਲ, ਮੈਂ ਫਿਰ ਸਹੀ ਹੈ ਯਾਰ ਤੇ, ਓਏ ਆਹ ਤੂੰ ਬੜੀ ਘੈਂਟ ਬਣਾਈ ਆ ਓਏ, ਸੱਚੀ ਆਏ ਨੀ ਗਾ ਦਵਣੀ ਮਾੜੀ ਬਣਾਉਣ ਦੀ, ਪਰ ਉਹ ਗੰਢਾ ਰਹਿ ਜਾਂਦਾ ਸੀ, ਮੈਂ ਤੇ ਗੰਢਾ ਹੈ ਨੀ ਇਹਦੇ ਜਿੱਥੇ ਤੱਕ ਮੈਨੂੰ ਲੱਗਦਾ, ਕਿ ਰਗੜ ਜ਼ਿਆਦਾ ਟਾਈਮ ਹੈ, ਖੜ ਜਾ ਪਹਿਲਾਂ ਮੈਨੂੰ ਪੱਖਾ ਛੱਡਣ ਦੇ, ਪਹਿਲਾਂ ਤਾਂ ਮੈਨੂੰ ਯਾਰ ਬੰਦੇ ਨੂੰ ਗਰਮੀ ਆਈ ਜਾਂਦੀ ਹੋਊਗੀ, ਇੱਕ ਮਿੰਟ ਰੁਕੋ ਕਰਕੇ ਸਿੱਧਾ ਤੁਹਾਡੀ ਭੈਣ ਨੂੰ ਚਲਾ ਦੇ ਬਲਜੀਤ ਕਨੀ ਨੂੰ ਕਰਾ ਮੈਨੂੰ, ਚੱਲ ਕਿ ਉਹਨੇ ਆਪਣਾ ਪੱਖਾ ਚੱਕ ਲਿਆਈਏ, ਕਿਉਂ ਆਹ ਪੱਖਾ ਤਾਂ ਬਾਹਲਾ ਸਿਰ ਹੀ ਖਾ ਜਾਂਦਾ ਹੈ ਨਾ, ਇਹਨੂੰ ਘਰੇ ਰੱਖ ਜਾਂਗੇ ਆਪਾਂ ਲਾਂਭਾ ਲਾ ਕੇ, ਅਤੇ ਜਿਹੜਾ ਆਪਣਾ ਪੱਖਾ ਲੋਡ ਕਰਾਉਣਾ ਦੇ ਕੇ ਆਏ ਸੀ ਉਹ ਦਿਨ, ਉਹ ਵੀ ਯਾਦ ਆ ਗਿਆ, ਮੈਂ ਕਿਹਾ ਪੱਖਾ ਵੀ ਆਪਣਾ ਲਿਆਉਣ ਵਾਲਾ, ਅੱਜ ਕਰਤਾ ਉਹ ਲੋਡ ਯਾਰ, ਮੇ ਵੀ ਹੈ ਨਾ ਉਹਨੇ,
ਮੇ ਵੀ ਲੋਡ ਕਰਤਾ ਹੋਣਾ ਉਹਨੇ ਐਤਵਾਰ ਅੱਜ। ਚਲੋ ਫਿਰ ਚੱਕ ਲਿਓ ਨਾ ਚੱਲ ਕੇ ਬਾਦਲੋਂ ਪੱਖਾ। ਲਓ ਜੀ ਅਤੇ ਆਪਣੇ ਸੀਨੀਅਰ ਮਿਸਤਰੀਆਂ ਤੋਂ ਆਪਾਂ ਆਪਣੇ ਰੈਸਟ ਕਰਨ ਲਈ, ਪੈਣ ਲਈ ਅਤੇ ਆਪਣੀ ਲਾਈਫ ਬੈਟਰ ਕਰਨ ਲਈ ਆਪਾਂ ਬੈੱਡ ਤਿਆਰ ਕਰਾ ਰਹੇ ਹਾਂ। ਐਕਚੁਲੀ ਬੈੱਡ ਤਾਂ ਸੀਗੇ ਆਪਣੇ ਕੋਲ ਆਪਣੀ ਗ੍ਰੈਂਡ ਮਦਰ ਵਾਲੇ ਮੇਰੇ ਹਿਸਾਬ ਨਾਲ, ਬਟ ਗੱਲ ਕੀ ਹੋਈ ਇਹਨਾਂ ਦੀ ਪਲਾਈ ਖਤਮ ਹੋਈ ਪਈ ਸੀ ਜਮਾਂ ਬਈ, ਹੈ ਨਾ। ਅਤੇ ਫਿਰ ਮਿਸਤਰੀ ਕਹਿੰਦੇ ਵੀ ਪਲਾਈ ਤੂੰ ਨਵੀਂ ਲਿਆ ਅਤੇ ਨਵੀਂ ਪਲਾਈ ਲਾ ਕੇ ਅਤੇ ਵਧੀਆ ਸੈੱਟ ਵੈੱਟ ਕਰ ਦਿੰਦੇ ਹਾਂ ਅਤੇ ਇਹ ਦੋਵੇਂ ਬੈੱਡ ਆਪਾਂ ਉੱਧਰ ਕਰੇ ਲੈ ਚੱਲਾਂਗੇ। ਅਤੇ ਪਛਾਣੋ ਭਾਈ ਇੱਧਰ, ਕਹਿੰਦੇ ਕਿਹੜਾ ਮੁੰਡਾ ਆਇਆ ਹੋਇਆ ਜੀ? ਠੀਕ ਹੈ, ਮੁਕਤਸਰ ਵਾਲਾ ਮਿੱਤਰ ਆਪਣਾ, ਚੱਲ ਖੰਡ ਹੌਲੀ ਦਿਨ ਉੱਧਰ ਕਰਾਇਆ ਹੈ। ਅਤੇ ਇਹ ਵੀ ਕਹਿੰਦਾ ਆਇਆ ਹੋਇਆ ਮਿਲਣ, ਅਤੇ ਮਿਲਣ ਤਾਂ ਕਾਹਲਾ ਹੁੰਦਾ ਸਾਡਾ, ਤਾਂ ਇੱਕ ਹੀ ਗੱਲ ਆ, ਚੱਲ ਕੋਈ ਦਿੱਕਤ ਨਹੀਂ ਹੋਣਾ ਵੀ। ਅਤੇ ਹਾਂ, ਅਤੇ ਅਸੀਂ ਜਾਂਦੇ ਹੁਣ ਪਲਾਈ ਲੈਣ, ਗੱਡੀ ਕਿਤੇ ਆ ਖੜੀ ਹੈ ਨਾ, ਇਹਦੀ ਹੁੱਕ ਹੁਣ ਨਹੀਂ ਨਿਕਲਦੀ। ਅਤੇ ਪਾ ਕੇ ਗੱਡੀ ਚੱਲਦੇ ਹਾਂ ਬਈ, ਪਲਾਈ ਜਿੰਨੇ ਦੀ ਬਣੀ ਹੈ ਨਾ, ਕੁੱਲ ਮਿਲਾ ਕੇ ਯਾਰ 2000 ਦੀ ਵੀ ਪਲਾਈ ਆ ਗਈ ਨਾ ਆਪਣੀ, ਅਤੇ 2000 'ਚ ਬੈੱਡ ਆਪਾਂ ਨੂੰ ਕਿੱਥੇ ਮਿਲਦੇ ਆ, ਹੈ ਨਾ, ਅਤੇ ਆਪਣੇ ਬੈੱਡ ਬਣ ਜਾਣਗੇ ਵਧੂਗਾ। ਨਵਣੀ ਉੱਧਰਲੇ ਘਰੇ ਲੱਗਿਆ ਪਿਆ ਆਪਦਾ ਕੰਮ ਕਰਨਾ, ਉਹਦੇ ਵਾਲਾ ਵਾਲ ਪੁੱਟੀ ਅਤੇ ਪੇਂਟ ਵਾਲਾ, ਠੀਕ ਹੈ। ਲਓ ਜੀ ਚੱਲ ਪਿਆ ਨਾਲ ਦੀ ਨਾਲ ਬਾਦਲ ਨੂੰ, ਤੁਹਾਨੂੰ ਪਤਾ ਜੀ ਇੰਨਾ ਟਾਈਮ ਆਪਾਂ ਲਾਏ ਨਹੀਂ ਜਦੋਂ ਕੋਈ ਗੱਲ ਹੋਵੇ, ਬਸ ਜੇਬ 'ਚ ਹੁਣ 4 ਰੁਪਈਏ ਅਤੇ ਅਸੀਂ ਦੱਬ ਦੇਣੀ, ਠੀਕ ਹੈ ਕਿ ਨਹੀਂ, ਅਤੇ ਬਸ ਚੱਲ ਕੇ ਚੱਕਦੇ ਹਾਂ ਪਲਾਈ। ਲਓ ਬਾਬ ਲੈ ਲਈ ਪਲਾਈ, ਤੁਹਾਨੂੰ ਦੇਖ ਨਹੀਂ ਰਹੀ ਹੋਣੀ, ਇਨਵਿਜ਼ੀਬਲ ਪਲਾਈ ਲੈਤੀ ਹੈ ਅਤੇ ਆਹ ਲੈਤੀਆਂ ਮੇਖਾਂ, ਇਹ ਵਿਜ਼ੀਬਲ ਆ, ਠੀਕ ਹੈ ਕਿ ਨਹੀਂ, ਬਸ ਜਾ ਕੇ ਘਰੇ ਲਾ ਦਿਆਂਗੇ, ਠੀਕ ਆ ਮਨਜੀਤ? ਹਾਂ ਓਕੇ, ਆਪਾਂ ਚੱਲਦੇ ਹਾਂ ਬਈ ਘਰੇ। ਲਓ ਜੀ ਹੁਣ 2 ਪੇਂਟਰ ਹੋਰ ਆ ਗਏ, ਇਹ ਇੰਪੋਰਟ ਕਰਾਇਆ, ਆਹ ਪੇਂਟਰ ਹੈ ਬ੍ਰਾਜ਼ੀਲ ਤੋਂ ਆਇਆ, ਅਤੇ ਆਹ ਪੇਂਟਰ ਆਪਣਾ ਉੱਥੋਂ ਆਇਆ ਨਾਗਾਲੈਂਡ, ਠੀਕ ਹੈ। ਅਤੇ ਉਹ ਪੇਂਟਰ ਆ ਜਿਹੜਾ, ਇਹ ਤਾਂ ਇਹ ਤਾਂ ਦੂਜੇ ਗ੍ਰਹਿ, ਇਹ ਤਾਂ ਆਊਟ ਆਫ ਪਲੈਨਟ ਹੈ, ਇਹ ਤਾਂ ਮਲਟੀਵਰਸ 'ਚ ਭਾਲ ਕੇ ਲਿਆਉਂਦਾ, ਠੀਕ ਹੈ ਕਿ ਨਹੀਂ, ਐਡਾ ਤਕੜਾ ਪੇਂਟਰ ਹੈ। ਅਤੇ ਬਈ ਮੈਂ ਕਹਿਣਾ ਵੀ ਕੋਚ ਅਸੀਂ ਵੀ ਕੰਮ ਧੰਦਾ ਕਰ ਲਈਏ, ਕੋਚ ਸਾਹਿਬ ਦਾ ਫੋਨ ਆ ਜਾਂਦਾ ਸਾਡੇ ਦਾ, ਫਾਗ ਸਾਹਿਬ ਦਾ, ਤੈਨੂੰ ਕੋਈ ਨਾ ਚੱਕ ਲੈਂਦਾ ਉਹ ਵੀ, ਅਤੇ ਹੈ ਨਾ ਲੱਗਦੇ ਹੱਥ, ਮੈਂ ਕਹਿ ਰਿਹਾ ਅਤੇ ਮਾਰਤ ਗਿਆ ਹਾਂ, ਕਰਤ ਗਏ ਸਾਫ ਸਫਾਈ, ਹੈ ਨਾ। ਇੱਕ ਮਿੰਟ ਨਜ਼ਰ ਹੈਗੀ ਹੈ ਮੇਰੀ, ਮਨੇ ਬੰਦ ਕਰ ਦੇ, ਅਤੇ ਅਸੀਂ ਫਿਰ ਬੈੱਡ ਜਿਹਾ ਤਿਆਰ ਕਰਾ ਲਏ, ਕੰਮ ਪੈ ਜਾਂਦਾ ਜਗਾੜ ਜਿਹੜਾ ਭਰਾ ਦੇ ਲੋੜ ਪੈ ਜਾਂਦੀ ਹੈ, ਅੱਜ ਲੈ ਖੰਡ ਦਾ ਬੈੱਡ ਤਿਆਰ ਕਰਾਉਣਾ ਨਾ, ਰਾਤ ਨੂੰ ਤਾਂ ਪੈਂਦੀ ਹੁੰਦਾ ਮੈਂ, ਨਹੀਂ ਇਕੱਲੇ ਹੀ ਪੈਂਦਾ ਨਾ, ਹੋਰ ਮੇਰੇ ਨਾਲ ਤਾਂ ਹੁੰਦਾ ਯਾਰ, ਉਹ ਮਰਿਆ ਤਾਂ ਉਹਦੇ ਮਗਰ ਨਾਲ ਲੱਗ ਜਾਓ ਭਰਾ, ਉਹ ਆ ਜਾਣ ਕੇ ਕਹਿੰਦਾ ਉਹ ਆਏ ਚੱਲ ਕੇ ਬੈੱਡ ਤਿਆਰ ਕਰਾਉਣਾ ਮੈਂ ਆਪਦੇ ਵਾਸਤੇ, ਹੋਰ ਕੋਈ ਨਹੀਂ ਹੁੰਦਾ ਮੇਰੇ ਨਾਲ, ਉਹ ਜਾਣ ਕੇ ਤੁਹਾਨੂੰ ਗੁੰਮਰਾਹ ਕਰ ਰਿਹਾ ਹੈਗਾ, ਠੀਕ ਹੈ ਕਿ ਨਹੀਂ। ਕਿਹਨੇ ਆਉਣਾ ਇੱਥੇ ਯਾਰ, ਐਡੇ ਸਾਡੇ ਐਡੇ ਬੇਕਾਰ ਬੰਦਿਆਂ ਕੋਲ ਆਉਣਾ, ਕਿਹਨੇ ਸਜਾ ਦੱਸ ਦੇ ਸੜੇ ਹਾਂ ਅਸੀਂ, ਹੈ ਨਹੀਂ ਆ ਸਕਦਾ ਕੁਛ, ਆ ਗਈਆਂ ਪਲਾਂਗਾ ਬਰੋ, ਅਤੇ ਪੈਸੇ ਪੂਸੇ ਪੇ ਕਰਤੇ ਤੂੰ ਇਹਨਾਂ ਦੇ? ਓਕੇ ਫਿਰ ਤਾਂ ਸਹੀ ਹੈ, ਹੁਣ ਆਪਾਂ ਸਿਰ ਖਾ ਕੇ ਇਹਨਾਂ ਦਾ ਹੋ ਗਏ ਵਿਹਲੇ, ਠੀਕ ਹੈ ਕਿ ਨਹੀਂ। ਅਤੇ ਕਿੱਥੇ ਪਲਾਂਗਾ? ਵਾਓ ਜ਼ਬਰਦਸਤ ਹੈ ਓਏ, ਕਿਆ ਬਾਤਾਂ ਨੇ, ਇਹ ਕੌਣ ਪੜੋਕੇ ਹੁਣ ਦੇਖੋ ਕਾਹ ਪੈਂਦਾ ਬਿੱਡਾਂ ਦਾ ਆਪਣਾ, ਠੀਕ ਹੈ ਕਿ ਨਹੀਂ। ਆਹ ਬੈੱਡ ਹੈ ਵੀਰੇ ਆਪਣੇ, ਆਪਣੀ ਦਾਦੀ ਵੇਲੇ ਦੇ, ਉਹ ਗਿਫਟ ਕਰਕੇ ਗਏ ਜਾਣ ਲੱਗੇ ਆਪਾਂ ਨੂੰ, ਠੀਕ ਹੈ। ਅਤੇ ਮਿਸਤਰੀ ਸਾਹਿਬ ਉਲਝੇ ਪਏ ਥੋੜ੍ਹਾ ਜਿਹਾ, ਵੀਡੀਓ ਕਾਲ 'ਤੇ ਹੋ ਰਿਹਾ, ਕਹਿੰਦੇ ਤਿਆਰ ਆਪਣਾ ਨਿਊ ਸੰਦ। ਓਕੇ ਮੁੰਡਿਆ, ਇਹ ਤੇਰੇ ਵਾਸਤੇ ਬਣਾਇਆ ਇਹ, ਵੀ ਤੂੰ ਰਵੇਂਗਾ ਜਾਂ ਨਹੀਂ ਤੇ ਨਾ ਤੈਨੂੰ ਦੇਖਣਾ, ਠੀਕ ਹੈ ਕਿ ਨਹੀਂ। ਇੱਧਰ ਤੇਰੀ ਪੜਦੀ ਪਲਾਈ, ਠੀਕ ਹੈ ਕਿ ਨਹੀਂ, ਬਸ ਇਹਦੇ 'ਤੇ ਵੀ ਲਾ ਦਿਆਂ ਕਰਕੇ ਵਿਹਲਾ। ਹਾਂਜੀ ਮੇਰੇ ਵੀਰੋ, ਆਏ ਸੀ ਜੀ ਖੇਤ ਆਪਣੇ ਸੀਰੀਅਸ ਸਪਾਈਡਰਮੈਨ ਦੀ ਰੋਟੀ ਚਾਹ ਫੜਾਉਣ, ਅਤੇ ਰੋਟੀ ਚਾਹ ਦਿੱਤੀ ਫੜਾ ਬਈ, ਹੁਣ ਚੱਲਦੇ ਹਾਂ ਘਰ ਨੂੰ। ਅਤੇ ਉੱਧਰੋਂ ਦੂਜੇ ਵੀ ਆਏ ਹੋਏ ਪਿਓਰੀ ਵਾਲੇ ਮੁੰਡੇ ਵੀ ਹਨ, ਉਹਨਾਂ ਨਾਲ ਵੀ ਪੁੱਛਦਾ ਜਾ ਕੇ ਵੀ ਉਹਨਾਂ ਨੂੰ ਕੀ ਚਾਹੀਦਾ, ਕੀ ਮੰਗ ਆ ਉਹਨਾਂ ਦੀ, ਠੀਕ ਹੈ ਕਿ ਨਹੀਂ।
ਕਿਹੜੀਆਂ ਪੁੱਟੀਆਂ ਵਾਲੇ ਤੁਸੀਂ ਰਹਿਣ ਦਿਓ, ਪੁੱਟੀ ਮਾਰੀ ਖੜੇ ਹੋ ਤੁਸੀਂ ਕਿ ਵਧੀਆ ਅੱਛਾ ਠੀਕ ਹੈ। ਇੱਧਰ ਸੁਖਜਿੰਦਰ ਹੈ ਅਤੇ ਅੰਦਰ ਸ਼ੋਭਦੀਪ ਡਾਉਣ ਵੀ ਬੈਠਾ। ਹੈਲੋ ਸਰ, ਕਿੱਥੇ ਰੱਖਦਾ ਆਂਡਾ? ਇੱਧਰ ਕੋਈ ਦਿੱਕਤ ਨਹੀਂ, ਸਹੀ ਆ ਓਕੇ ਰਿਪੋਰਟਾਂ ਹੈ ਇਹਨੂੰ ਲੈ ਲਈਏ ਖਾਨ ਚੀਜ਼ੀ ਠੀਕ ਹੈ ਕਿ ਨਹੀਂ? ਅਤੇ ਖਾਨ ਚੀਜ਼ੀ ਵੀ ਨੰਬਰ ਸਰ ਪਤਾ ਸਰਦਾ ਨਹੀਂ ਸਾਡਾ ਹੈ ਨਾ, ਵਿੱਚ ਹੈਗਾ ਅਤੇ ਮਾਊਂਟਨ ਡਿਊ ਡਰਕੀ ਮਾਰ ਕੇ ਉਦੋਂ ਬਾਅਦ ਸਮਝਿਆ ਕਰੋ ਆਪ। ਅਤੇ ਪਹਿਲਾਂ ਛੋਟੀ ਬੋਟਲ ਪੀਤੀ ਉਹਦੇ ਨਾਲ ਡਰ ਭੱਜਾਣੀ, ਹੁਣ ਵੱਡੀ ਬੋਟਲ ਲਿਆ ਕੇ ਮੈਂ ਡਰ ਨੂੰ ਮੂਹਰੇ ਲਾ ਲਾਂਗੇ। ਡਰਾਉਣਾ ਨਾਮ ਬਣਦੇ ਆ ਰਿਸਕ ਸੇ, ਖੁੱਡੇ ਬਣਦੇ ਆ ਰਿਸਕ ਸੇ, ਬੈੱਡ ਬਣਦੇ ਆ ਰਿਸਕ ਸੇ, ਮਾਊਂਟਨ ਡਿਊ। ਇਟਸ ਟੀ ਟਾਈਮ ਮੇਰੇ ਵੀਰੋ, ਠੀਕ ਹੈ? ਅਤੇ ਇਟਸ ਕੀ ਆਖਾਂ ਯਾਰ, ਮਾਊਂਟਨ ਟੀ ਤਾਂ ਹੈ ਨਹੀਂ ਇੱਥੇ, ਕਿਡਸ ਡਿਊ ਟਾਈਮ ਮਾਊਂਟਨ ਡਿਊ। ਡਰ ਕੀ ਮਾ ਕੇ ਆਇਆ ਤਾਂ ਵੀ ਯਾਰ, ਜੇ ਦੀ ਚਾਹ ਚੁੱਕੀ ਲਾ ਅਤੇ ਬੱਠਲ ਤਾਂ ਆਪਣਾ ਸੈੱਟ ਹੋ ਗਿਆ, ਵਧਗਾ ਸਿੱਟਣਾ ਹੋ ਗਿਆ। ਮੈਨੂੰ ਪਤਾ ਹੀ ਆ, ਤਾਂ ਦੱਸਿਆ ਜੀ ਮੈਨੂੰ ਪਹਿਲਾਂ, ਉਹੀ ਗੱਲ ਹੋ ਗਈ। ਕਿਵੇਂ ਮਤਲਬ ਉਹ ਕਰਤਾ ਅੰਦਰੋਂ? ਬਸ ਉਹ ਤਾਂ ਕਰਕੇ ਨਾ ਪੀ ਰਿਹਾ ਦੱਸਾਂਗੇ ਤਾਂ, ਬਸ ਠੀਕ ਆ। ਉਦੋਂ ਬਾਅਦ ਦੱਸਦੇ ਕੀ ਬਣਦਾ, ਕੋਈ ਗੱਲ ਨਹੀਂ। ਆਹੋ ਜੀ, ਬੈੱਡ ਦੀ ਕਰ ਰਹੇ ਸਿਟਿੰਗ ਪਲਾਨ, ਇਹ ਬਈ ਅਜੇ ਮੈਂ ਸੈਂਟਰ 'ਚ ਕਰ ਦਾਂਗਾ ਭਾਅ ਜੀ। ਹਾਂ ਦੋਵੇਂ ਬੈੱਡਾਂ ਦੇ ਲਗਭਗ ਠੀਕ ਹੈ, ਬਸ ਇੱਥੇ ਹੀ ਬਹੁਤ ਆ। ਹਾਂ ਜਮਾਂ ਨਾਲ ਲਾ ਦਿਓ ਝਾਕੇ ਨੂੰ, ਅਤੇ ਦੂਜਾ ਵੀ ਲਿਆਓ। ਲਓ ਮੁੰਡਿਓ ਲਾ ਤੇ ਬੈੱਡ, ਟਰਾਈ ਕਰਨਾ ਕਿਸੇ ਨੇ ਬੈੱਡਾਂ ਦਾ, ਮੈਂ ਕਰੂੰਗਾ, ਤੁਸੀਂ ਟੈਨਸ਼ਨ ਲਓ, ਇਹ ਮੈਂ ਆਪੇ ਕਰ ਲੂੰਗਾ ਟੈਸਟ ਡਰਾਈਵ, ਡੋਂਟ ਵਰੀ। ਕਈ ਲਿਆਂਦੇ ਆਪਾਂ ਘਰੋਂ, ਬਸ ਫਿਰ ਚਾਰ ਬੈੱਡ ਪਾ ਦਿੰਦੇ ਹਾਂ, ਉਹਨੇ ਬਲਜੀਤ ਵੀ ਹੋ ਜੂਗਾ ਵਿਹਲਾ, ਫਿਰ ਮੱਕੀ ਕਢਾਉਣੀ ਆ ਬਲਜੀਤ ਕਬੂਤਰਾਂ ਵਾਸਤੇ, ਉਹ ਸਾਹਮਣੇ ਬਾਈਕ 'ਤੇ ਕੱਟਾ ਮੱਕੀ ਦੇ ਹੀ ਪਿਆ। ਉੱਧਰ ਇੱਧਰ ਦਮਣੀ ਵੀ ਡਿਆ ਪਿਆ ਬਈ, ਕਿੰਨਾ ਕਰਾਏਗਾ ਕਿੰਨਾ ਕਰਾਏਗਾ? ਓਕੇ ਬੇਬੀ, ਅਤੇ ਇੱਧਰੋਂ ਇਹ ਨਹੀਂ, ਇੱਧਰੋਂ ਵੀ ਕਰੀ। ਹਾਂਜੀ ਮੇਰੇ ਵੀਰੋ, ਅਤੇ ਲੱਗੇ ਮੈਂ ਵੀ ਕੰਮ, ਤੂੰ ਆ ਕੱਢਤਾ ਭੈਣ ਦੇ ਲੱਕੜੇ ਦਾ ਡੱਕਾ ਨਹੀਂ ਬਈ, ਰੰਗ ਰੁੰਗ ਵਾਲਾ ਕੰਮ ਬਹੁਤ ਔਖਾ ਹੈਗਾ, ਪੰਗਾ ਨਾ ਲੈ ਲਿਓ ਆਪ ਕਰਨ ਵਾਲਾ, ਇਹਦੇ ਬਾਅਦ ਮਿਸਤਰੀ ਮੁਸਤਰੀ ਸੱਦ ਕੇ ਕਰਾਵਾਂਗੇ। ਉਹ ਲੱਗੇ ਪਿਆ ਇੱਕ ਦਮਣੀ ਹੈ ਨਾ, ਇੱਕ ਅਰਮੋਲਦੀਪ, ਉਹ ਵਿਚਾਰਾ ਆਇਆ ਸੀ ਮਿਲਣ ਮੁਕਤਸਰ ਵਾਲਾ ਮੁੰਡਾ, ਅਤੇ ਆਏ ਕੰਮ ਚ ਡਿਆ ਪਿਆ ਸਾਡੇ ਨਾਲ। ਮੈਂ ਕਿਹਾ ਭਰਾਵਾ ਤੂੰ ਮਿਲਣ, ਮੈਂ ਕਹਿੰਦਾ ਫਿਰ ਕੇ ਮਿਲਣ ਨੂੰ ਕਿਹੜਾ ਭੈਣ ਚੱਡਾ ਕੀ ਹੈ ਨਾ, ਕਹਿੰਦਾ ਕੋਈ ਚੱਕਰ ਨਹੀਂ ਘੋੜਾ ਸਹਾਰਾ ਹੋ ਜੂ ਨਾਲ, ਪਰ ਕੁੱਤਾ ਕੰਮ ਆ ਬਈ। ਮੈਂ ਤਾਂ ਕਹਿਣਾ ਬਸ ਉਹ ਦੋਵੇਂ ਖੁੱਡੇ ਅੰਦਰੋਂ ਅੰਦਰੋਂ ਕਰਕੇ, ਇਹਦੂ ਬਾਅਦ ਆਪਣੇ ਹੱਥ ਖੜਿਆ ਵੀ, ਸਿੱਧੀ ਜੀ ਗੱਲ ਹੈ ਇੰਨਾ ਟਾਈਮ ਹੈ ਨਹੀਂ ਗਾ ਯਾਰ ਇਹ ਕੰਮਾਂ ਵਾਸਤੇ, ਤਾਂ ਉਹਨੇ ਮੈਂ ਸਪਲਾਈ ਚ ਲਾਉਣਾ ਯਾਰ, ਆਹ ਲਾਈਟ ਨਹੀਂ ਜਾਗਦੀ, ਇਹਦਾ ਭਾਲਦਾ ਵੀ ਕਿੱਥੇ ਫਾਲਟ ਆ, ਫਿਰ ਸਾਰੀ ਤਾਰ ਤੂਰ ਬਦਲ ਦਿਆਂਗੇ, ਕੋਈ ਨਾ ਕੋਈ ਕੰਮ ਤਾਂ ਕਰਕੇ। ਇੱਧਰ ਹੀ ਲਾਈਟ ਨਹੀਂ ਜਾਗਦੀ ਮੈਨੂੰ ਲੱਗਦਾ, ਕਿ ਜਗੀ ਜਾਂਦੀ ਹੈ ਅਰਜੋ ਨਹੀਂ ਜਾਗਦੀ ਵੀ, ਇਹ ਵੀ ਲੋਡ ਕਰਨ ਵਾਲੀ ਹੈ। ਬਣਾਤਾ ਸੀਨ ਘਰ ਦਾ, ਮੈਂ ਕਿਹਾ ਸਾਫ਼ ਸਫਾਈ ਕਰ ਦੇਗਾ ਨਾ, ਲੱਗਦਾ ਜਿੰਨਾ ਵੀ ਗੰਦ ਪਿੱਲ ਜਿੰਨਾ ਵੀ ਸਾਰਾ ਕੋਈ ਫਾਲਤੂ ਦੀਆਂ ਚੀਜ਼ਾਂ ਸਾਰਾ ਇੱਕ ਪਾਸੇ ਕਰ ਦੇਈਏ ਜਾਂ ਸਾਫ਼ ਸਫਾਈ ਕਰ ਦਈਏ, ਅਤੇ ਇੱਕ ਖੁੱਡੇ 'ਚ ਰੇਕ ਮਾਰ ਕਰਕੇ ਰੇਡੀ ਕਰਤਾ ਕੰਮ ਬਈ ਹੈ ਨਾ। ਅਤੇ ਹੁਣ ਲਗਭਗ ਮੈਂ ਟੈਂਕੀ ਦੇਖਿਆ ਹੈ ਨਾ, ਨਹਾਉਣਾ ਨਹਾਉਣਾ ਹੋਊਗਾ ਅਰਮੋਲਦੀਪ ਨੇ ਵੀ, ਇੱਥੇ ਵਿਚਾਰੇ ਨੇ ਅਤੇ ਮੈਂ ਵੀ, ਅਤੇ ਮੰਨ ਕੇ ਚੱਲ ਮੈਂ ਕਿਹਾ ਪਾਣੀ ਚੜ੍ਹਾ ਕੇ ਇਹਨੂੰ ਟੈਂਕੀ ਭਰ ਲਈ, ਮੁੜ ਕੇ ਸੌਖਾ ਹੋ ਜਾਵੇ ਇਹਨੇ ਨਾਲ, ਉਦੋਂ ਪਹਿਲਾਂ ਘਰ ਦੀ ਸਾਫ਼ ਸਫਾਈ, ਅਤੇ ਹਾਂ ਸੱਚ ਇੱਕ ਬਿਜਲੀ ਸਪਲਾਈ ਉਹ ਵੀ ਚਲਾਉਣੀ ਆ ਕੰਮ ਬਹੁਤ ਆ। ਆ ਜਾ ਰਿਸ਼ਤਾ ਕਰਾਵਾਂ ਤੈਨੂੰ ਸਾਲੀਏ, ਨਹੀਂ ਮੁੰਡਾ ਲੈਣ ਮੈਂ ਲੱਗਿਆ ਠੀਕ ਹੈ ਕਿ ਨਹੀਂ, ਆਲਰਾਊਂਡਰ ਹੋਏ ਬੈਠੇ ਮੇਰੇ ਵੀਰ, ਅੱਜ ਪਤਾ ਨਹੀਂ ਇਹਨੇ ਕਿਵੇਂ ਜੋਸ਼ ਆ ਗਿਆ ਸਾਡੇ 'ਚ, ਬਿਨਾਂ ਕੁਛ ਖਾਧੇ ਪੀਤੇ ਵੀ ਇਸ ਕੰਮ ਨੂੰ ਨੇਰੀਆਂ ਹੀ ਲਈ ਤੁਰ ਜਾਂਦੇ ਹਾਂ ਸਾਰੀ। ਹਾਂ ਹੋ ਗਿਆ ਠੰਡਾ, ਅਤੇ ਇਧਰ ਸਾਰੀਆਂ ਤਾਰਾਂ ਤੂਰਾਂ ਹੋਲਡਰ ਹੁਲਡਰ ਬਦਲ ਕੇ ਸਾਰੀ ਬਿਜਲੀ ਸਪਲਾਈ ਚੱਲਦੀ ਕਰ ਦੇਵਾਂਗੇ, ਫਿਰ ਦਿਖਾਉਣਾ ਤੁਹਾਨੂੰ ਕੰਮ ਭਖਿਆ ਪਿਆ ਮੇਰੇ ਵੀਰੋ।
ਸਪਲਾਈ ਚਲਾਤੀ ਹੈ ਨਾ, ਇੰਨੀ ਸਪਲਾਈ ਉਹ ਸਾਰੀ ਨਵੀਂ ਪਾਈ ਅਸੀਂ ਏ ਟੂ ਜ਼ੈਡ ਲੈ ਕੇ, ਅਤੇ ਉੱਥੇ ਸਿਰਫ ਇੱਕ ਜੋੜ ਕਰੈਂਕ ਸੀਗਾ, ਅਤੇ ਆਖਰ ਨੂੰ ਫਿਰ ਟੈਸਟ ਪਿੰਨ ਸਾਡੇ ਕੋਲ ਸੀ ਮੋਟਰ ਸਾਡੀ, ਅਸੀਂ ਮੋਟਰ ਦੇ ਜੋੜ ਲਾ ਲਾ ਦੇਖੀ ਗਏ ਸਾਰੇ ਜੋੜਾਂ 'ਤੇ, ਜਿੱਥੋਂ ਤੱਕ ਕਰੰਟ ਜਾਂਦਾ ਸੀ ਜਿੱਥੇ ਨਹੀਂ ਆਉਂਦੇ, ਫਿਰ ਜਿੱਥੇ ਨਹੀਂ ਆਉਂਦੇ ਸੀ ਉਹ ਜੋੜ ਪੱਟ ਕੇ ਲਾਤਾ, ਸਾਡਾ ਹੱਲ ਹੋ ਗਿਆ। ਅਤੇ ਹੁਣ ਅੰਦਰ ਵੀ, ਅਤੇ ਹੁਣ ਇੱਧਰ ਅੰਦਰ ਵੀ ਹੱਲ ਆ ਹੀ ਗਰੀ ਨਵਲਜੀਤ, ਐਡਾ ਫਾਨਾ ਕੌਣ ਲਾਉਂਦਾ ਹੁੰਦਾ ਹੈਂ, ਆਹ ਤਾਂ ਜਮਾਂ ਧੱਕਾ ਨਹੀਂ, ਆਹ ਇੱਕ ਓਡਾ ਬੋਰਡ ਨਹੀਂ ਜਿੱਡਾ ਤੂੰ ਫਾਨਾ ਲਾਈ ਬੈਠਾ ਯਾਰ, ਹੈਂ ਹਾਈ ਫਾਈ ਲੈਵਲ 'ਤੇ ਕੰਮ ਚੱਲ ਰਿਹਾ ਨਾ ਇਹ ਬਈ। ਅਸੀਂ ਆਪਦੇ ਨਹਾਉਣ ਲਈ ਪ੍ਰਬੰਧ ਕਰੀ ਜਾਂਦੇ, ਦੇਖੋ ਕਿੰਨੀ ਸਾਨੂੰ ਮੁਸ਼ਕਲ ਮਿਹਨਤ ਕਰਨੀ ਪੈ ਰਹੀ ਹੈ ਹੈ ਨਾ, ਬਿਜਲੀ ਪਾਣੀ ਵਾਕਈ ਮੁੱਢਲੀਆਂ ਲੋੜਾਂ ਮਨੁੱਖ ਦੀਆਂ, ਕੁੱਲੀ ਗੁੱਲੀ ਜੁੱਲੀ ਹੈ ਨਾ, ਭਰਨਾ ਤਾਂ ਕੁੱਲੀ ਵੀ ਹੈਗੀ, ਗੁੱਲੀ ਵੀ ਹੈਗੀ, ਜੁੱਲੀ ਵੀ ਹੈਗੀ, ਲਾਈਟ ਤਾਂ ਪਾਣੀ ਵਿੱਚ ਆਏ ਨਹੀਂ ਗਾ ਹੋਏ। ਅਤੇ ਇੱਧਰ ਆਪਣੀ ਮੋਟਰ ਦੀ ਵੀ ਸਪਲਾਈ ਕਰਤੀ, ਇੱਧਰੋਂ ਲਾ ਕੇ ਡਿੱਗੀ 'ਚ ਠੀਕ ਹੈ, ਅਤੇ ਇੱਧਰੋਂ ਇੱਥੇ ਜੋੜ ਪਾ ਕੇ ਉੱਥੋਂ ਪਾ ਕੇ ਅਤੇ ਉਹਦੇ 'ਚ ਲਾ ਕੇ ਅਤੇ ਉੱਥੋਂ ਪਾਣੀ ਤਾਂ ਜਾਂਦਾ ਹੋਜੂ ਬਈ, ਬਾਹਲਾ ਔਖਾ ਕੰਮ ਆ ਤਾਂ ਨਾ, ਇੰਨਾ ਹਾਰਡ ਵਰਕ ਤਾਂ ਪੁੱਛ ਹੋਣਾ ਪਾਟੀ ਪਈ ਆ ਆਪਣੀ ਮਾਰਦੇ। ਇੱਧਰ ਬਲਜੀਤ ਰਾਉਣ ਜੋੜ ਪਾ ਕੇ ਅਤੇ ਅੰਦਰ ਮੋਟਰ ਲਾਉਣ ਦੀ ਹੈ, ਹਾਂ ਕਿਹੜੀ ਖੱਟਣ ਵਾਲੀ ਜੁੜੀ ਦਾ, ਬਹੁਤ ਸਮਝਾਈ ਮੈਂ ਕਿਹਾ ਸੀ ਸਿੱਧ ਕਰ ਦਾਂਗੇ ਗੱਲ, ਮੇਰੇ ਮੂੰਹ ਤੇ ਕਰਾਓ, ਉਹੀ ਤਾਂ ਗੱਲ ਹੈ ਨਾ। ਬਾਕੀ ਗੱਲ ਪਿੰਡ ਦੀ ਗਊਸ਼ਾਲਾ, ਪਿੰਡ ਦੀ ਗਊਸ਼ਾਲਾ, ਪਿੰਡ ਦੀ ਗਊਸ਼ਾਲਾ ਵਿੱਚ ਸਾਰੇ ਤੋਂ ਮੁਖੀਆ ਬੰਦਾ ਜਿਹਨੇ ਗਊਸ਼ਾਲਾ ਬਣਾਈ ਹੈ ਮੇਨ ਜਮਾਂ ਬਿਲਕੁਲ ਵੇਖੀ ਜਗਜੀਤ, ਹਾਂ ਜਗਜੀਤ ਤਾਇਆ ਮੇਰਾ, ਹੁਣ ਪੁੱਛ ਲਓ ਭੋਲੀ ਆ ਨਾਲ ਹੈ ਆਪਣੇ ਪਿੱਛੇ ਘਰ ਹੈ ਠੀਕ ਹੈ ਕਿ ਨਹੀਂ, ਮੈਂ 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 ਸੁਣੋ ਗਾਲ ਬਣਾ ਦੂੰਗਾ ਜੇ ਕੋਈ ਬੰਦਾ ਕਹੇ ਉਹਨੂੰ ਪੁੱਛਾ ਕੇ ਪੁੱਛੋ। ਲੋਕ ਨਾ ਅਗੇ ਲੋਕ ਕਹਿੰਦੇ ਨਾ ਮੰਨ ਕੇ ਚੱਲ ਵੀ ਅਗੇ ਅਸੀਂ ਮਿਸਤਰੀ ਆ, ਪਰ ਮੈਂ ਕਿਹਾ ਐਂ ਪੁੱਛੋ, ਨਹੀਂ ਨਹੀਂ ਐਂ ਪੁੱਛੋ ਤੁਹਾਨੂੰ ਕੰਮ ਕਰਦੇ ਨੂੰ ਕਿੰਨਾ ਟਾਈਮ ਹੋ ਗਿਆ ਹੈਂ, ਐਂ ਦੱਸੋ ਠੀਕ ਹੈ ਨਹੀਂ, ਤੁਹਾਨੂੰ ਕਿੰਨਾ ਟਾਈਮ ਹੋ ਗਿਆ, ਮੈਨੂੰ ਲੱਗਦਾ ਵੀ ਲਗਭਗ 40 ਸਾਲ 60 ਸਾਲ ਹੋਏ ਮੇਰੇ, 60 ਸਾਲਾਂ ਦੀ ਉਮਰ ਹੈ, 40 ਸਾਲ ਮਿਸਤਰੀ ਨੂੰ ਕੰਮ ਕਰਦੇ ਨੂੰ ਹੋ ਗਏ, ਇੰਨੇ ਕੱਢ ਕੇ ਬਾਹਰ ਰੱਖ ਲਓ ਜਿਹੜਾ ਮਰਜ਼ੀ ਆ ਜਾਏ ਪੌਦੇ ਬਠਿੰਡੇ ਲੱਗੇ ਪਏ ਆ, ਮੱਛੀ ਵਾਲੇ ਚੌਂਕ ਤੇ, ਮੱਛੀ ਵਾਲੇ ਚੌਂਕ ਚ ਜਿਹੜੇ ਮੱਛੀ ਨਹੀਂ ਉੱਤੇ, ਹਾਂ ਮਾਦਰੀ ਦੀ ਨਹੀਂ, ਸਹੀ ਗੱਲ ਆ ਯਾਰ, ਇਹ ਮੰਨਦੇ ਨਹੀਂ ਇੱਕ ਤਾਂ ਸੱਚੀ ਗੱਲ ਆ ਨਾਲੇ, ਜਿਹੜੇ ਤੁਹਾਨੂੰ ਬਾਕੀ ਆਏ ਉਹਨਾਂ ਦੀ ਪੁੱਛ ਜਾ, ਆਏ ਮੈਦਾਨ ਚ ਆਜੇ ਲੱਗ ਜੂ ਪਤਾ, ਹੁਣ ਤਾਂ ਬਾਕੀ ਉਮਰ ਦੇ ਹਿਸਾਬ ਤੇ ਫਰਕ ਪੈ ਗਿਆ, 4 ਇੰਚੀ ਦੀ ਮਸੂਦ ਹੀ ਬੰਦ, ਹਾਂ 4 ਇੰਚੀ ਦੀ ਨਹੀਂ, ਨਾ 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 9 ਇੰਚੀ ਕੰਧ, ਫੇਰ ਸਵਾਲ ਸੱਚੀ ਗੱਲ ਹਜੇ ਵੀ ਮਨ ਕੇ ਚੱਲ ਕੋਈ ਨਾ ਤੁਹਾਡੇ ਸਾਹਮਣੇ ਸੀ ਪਛਾਵਾਂਗੇ ਯਾਰ, ਮੇਰੇ ਕੋਲੇ ਜੇ ਗੱਪ ਚ ਗੱਲ ਜੇ ਮੈਂ ਗੱਪ ਮਾਰਾਂ ਸਹੀ, ਬਸ ਸਾਨੂੰ ਪਤਾ ਸਾਰੇ ਪਿੰਡ ਨੂੰ ਪਤਾ, ਸਾਡੇ ਨੂੰ ਹਜੇ ਵੀ ਨੀ ਮੰਨਦੇ ਰਹੇ, ਜਵਾਕ ਹੈ ਇਹਨਾਂ ਨੂੰ ਕੀ ਪਤਾ, ਕੱਲ ਦੇ ਬੱਚੇ ਹੈ ਇਹ ਤਾਂ ਕੋਈ ਗੱਲ ਨੀ, ਉਹ ਮੰਨਦੇ ਜਵਾਕਾਂ ਦੀ ਗੱਲ ਜੀ, ਇਹ ਬੜਾ ਕੀ ਕਰਦਾ, ਮੈਂ ਜਿਹੜਾ ਵਾਹ ਤਾਂ ਕੰਮ ਮਿਸਤਰੀ ਆਏ ਸੀਗੇ ਮਿਲਣਾ ਚ, ਫਿਰ ਤੁਹਾਨੂੰ ਠੀਕ ਹੈ ਨਹੀਂ, ਮੈਂ ਕਿਹਾ ਨਾਲ ਗੱਲਬਾਤ ਕਰਾਂਗੇ ਜ਼ਰੂਰ ਹੈ ਨਾ, ਇਹ ਚੀਜ਼ ਦੇ ਟੈਂਕੀ ਤਾਂ ਨਹੀਂ ਪੜ ਗਈ ਆਪਣੀ, ਇੰਨਾ ਪਾਣੀ ਚਲੀ ਜਾਂਦਾ, ਪੱਥਰ ਲਾਉਣਾ ਬਈ, ਟੈਲਾਂ ਲਾਉਣੀਆਂ, ਕੋਈ ਵੀ ਕੰਮ, ਗਲਾਈ ਬਣ, ਗਲਾਈ ਤਾਂ ਬਣਾ ਸ਼ਿਕਾਰ ਹੀ ਹੈ ਗਲਾਈ, ਜਿਵੇਂ ਆਏ ਨੀ ਆਪਾਂ ਕਰਦੇ, ਮੈਂ ਅੱਖ ਦੀ ਜਾਗ ਦਾ ਕੰਮ ਹੈ, ਅੱਖ ਦੀ ਜਾਗ ਦਾ ਕੰਮ ਆ, ਨਹੀਂ ਸਹੀ ਗੱਲ, ਸਹੀ ਗੱਲ ਬਈ, ਗਲਾਈਆਂ ਗਲੂਆਂ ਸਾਹਿਬ ਨਿੱਕੇ ਮੋਟੇ ਕੰਮ ਹੈ, ਕੋਠੀਆਂ ਬਣਾਈਆਂ ਬਈ, ਅੰਮ੍ਰਿਤ ਪਾ ਕੇ ਜਾ ਕੇ ਵੇ, ਕੋਠੀਆਂ ਬਣਾਈਆਂ, ਹਾਂ ਬੱਗੇ ਵਿੱਚ ਵਾਰੇ ਪੜੇ ਜਾ ਕੇ ਵੇ, ਜਾ ਕੇ ਦਿਖਾਓ ਕੰਮ, ਫਿਰ ਪਤਾ ਲੱਗੂਗਾ, ਸਾਰਾਂ ਦੇ ਮੇਰੇ ਚਵਾਰੇ ਮੇਰੇ ਬਣਾਏ ਜਾ ਕੇ ਵੇ,
ਸਹੀ ਆ, ਸਾਨੂੰ ਪਤਾ ਇਹ ਬੱਚੇ ਹੈ, ਇਹਨਾਂ ਨੂੰ ਕੁਛ ਨਹੀਂ ਪਤਾ। ਓਕੇ ਜੀ ਫਿਰ ਕੋਈ ਕਮੀ ਨੀ ਸਾਨੂੰ, ਮੇਰੇ ਵੀਰੋ ਟਾਈਮ ਹੋ ਗਏ 10 ਵਜੇ, ਹਜੇ ਮੈਂ ਨਹਾਤਾ ਨੀ, ਮੇਰੇ ਅਸੀਂ ਨਾ ਕੇ ਰੋਟੀ ਖਾਵਾਂਗੇ। ਫਿਰ ਮੈਂ ਕਿਹਾ ਮੈਂ ਕਦੋਂ ਨਹਾਉਂਗਾ, ਮੈਂ ਮੁੰਡੇ ਨੂੰ ਭੁੱਖਾ ਮਾਰ ਦੋ ਤਿਆਰ ਨੂੰ, ਹਨਾ, ਤਾਂ ਕਰਕੇ ਮੈਂ ਪਹਿਲਾਂ ਰੋਟੀ ਖਵਾ ਦਿਆਂ ਤੈਨੂੰ ਲੈ ਖਾ ਲਾਂ। ਮੈਂ ਤਾਂ ਕੀ ਸਾਗਿਰਤ ਸਾਨੂੰ ਪਤਾ ਜਾਵਦਾ ਹੀ ਫਿਰਦਾ ਉਹਨਾਂ ਫਿਰ ਕੇ ਨਹੀਂ। ਬਾਕੀ ਘਰ ਦੀ ਦਸ਼ਾ ਬਹੁਤ ਸੁਧਾਰਤੀ, ਹੈ ਨਾ, ਤੁਹਾਡੇ ਸਾਹਮਣੇ ਹੀ ਆ। ਜਿੰਨਾ ਹੋ ਸਕਿਆ ਸਾਡੇ ਤੋਂ ਸਾਫ਼ ਸਫਾਈ ਅਤੇ ਬਲਬ ਲਾਈਟਾਂ ਅਤੇ ਪਾਣੀ ਖੁੱਡੇ ਖਾਡੇ, ਹੈ ਨਾ, ਜਿੰਨਾ ਸਾਡੇ ਤੋਂ ਹੋ ਸਕਿਆ ਸੀ ਉਨਾ ਕੰਮ ਕੀਤਾ। ਅਤੇ ਲੈ ਮੁੰਡਿਆ ਖਾ ਕੇ ਰੋਟੀ, ਮਾਰ ਤਾਂ ਭੁੱਖਾ ਹੀ ਤੈਨੂੰ ਵੀ, ਆਪ ਤਾਂ ਮੈਂ ਮਰਦਾ ਹੀ ਹੁੰਦਾ, ਠੀਕ ਆ ਕਿ ਨਹੀਂ, ਫਿਰ ਕਰਦੇ ਹਾਂ ਬਾਬੇ ਨਾਲੇ ਸੱਚ। ਹਾਂ ਹਜੇ ਕਬੂਤਰਾਂ ਨੂੰ ਵੀ ਦੈ ਦਿੰਦੇ ਨੇ, ਕੁਛ ਨਹੀਂ ਪਾਇਆ ਵੀ, ਸੱਚੀ ਗੱਲ ਹੈਗਾ, ਆਪਣੀ ਮਾਰਦੇ ਤੁਹਾਡੇ ਸਾਹਮਣੇ। ਆਹ ਕੀ ਆ, ਹੈਂ ਟਾਈਮ, ਹਾਂ ਟਾਈਮ ਲੈ 9:48 ਤੁਹਾਡੇ ਸਾਹਮਣੇ ਆ ਟਾਈਮ, ਕੋਈ ਲੁਕੋ ਨਹੀਂ ਮਿਸਤਰੀ ਨੂੰ। ਹੁਣ ਚੱਲੇ ਘਰ ਰੋਟੀ ਪਾਣੀ ਵਾਲੇ ਭਾਂਡੇ ਲੈ ਕੇ। ਵੀਰੋ ਪਹਿਲਾਂ ਕੈਮਰਾ ਅਸੀਂ ਸਾਫ਼ ਕਰ ਲਈਏ। ਹਾਂਜੀ ਹੁਣ ਕੈਮਰਾ ਹੋ ਗਿਆ ਸੈੱਟ, ਬੈੱਟ ਫੜ ਦਿਓ, ਪਹਿਲਾਂ ਤਾਂ ਮੈਨੂੰ ਇੱਜ਼ਤ ਲੁਕੋ ਲੈਣ ਦਿਓ ਆਪਦੀ। ਅਤੇ ਬੈਠੇ ਰਾਤ ਦਾ 1:02, 1:01 ਅਤੇ ਕੀ ਕੰਮ ਕਰੀ ਜਾਂਦੇ ਅਸੀਂ, ਟਾਈਮ ਕਿੱਥੇ ਹੈ, ਕਰਤਾ ਮੂਹਰੇ ਇਹਨਾਂ ਦੇ ਲਓ ਦੇਖ ਲਓ ਟਾਈਮ ਤੂੰ ਆਪੇ, ਹੈ ਨਾ। ਅਤੇ ਮੈਂ ਉਹਨੂੰ ਆਖਿਆ, ਮੈਂ ਕਿਹਾ ਬਾਈ ਯਾਰ ਤੂੰ ਮੇਰੇ ਵਾਲ ਸਟੇਟ ਕਰਕੇ ਦੇ, ਹੈ ਨਾ, ਕਿਉਂਕਿ ਜ਼ਿਆਦਾ ਸਾਨੂੰ ਪਤਾ ਹੋਏ ਪਏ ਸੀਗੇ ਨਾ, ਅਤੇ ਹਾਂ ਕਰਲੀ ਕਿਹੜੇ ਤਾਂ ਆਏ ਹੋਏ ਪਏ ਸੀ ਭੈਣ, ਜਿਵੇਂ ਹੁਣ ਤੈਨੂੰ ਮੈਂ ਕਿਵੇਂ ਦੱਸਾਂ ਉਹ ਗੱਲ, ਮੈਂ ਕਹਿ ਨਹੀਂ ਸਕਦਾ ਇੰਨਾ ਸਾਹਮਣੇ, ਹਾਂ ਜ਼ਿਆਦਾ ਸ਼ੁੱਧ ਪੰਜਾਬੀ ਤੂੰ ਸਮਝਿਆ ਕਰ। ਅਤੇ ਕਬੂਤਰਾਂ ਨੂੰ ਦਾਣਾ ਪਾਣੀ ਪਾ ਤਾ ਬਾਈ, ਸਿਰਫ ਇੱਧਰਲੇ ਇੱਧਰਲੇ ਕਬੂਤਰਾਂ ਨੂੰ ਦਾਣਾ ਪਾਣੀ ਪਾਤਾ ਆਪਣਿਆਂ ਨੂੰ, ਆਪਾਂ ਗਾਪਣੀ ਮਾਰਦੇ ਘਰ ਵਾਲੇ ਕਬੂਤਰ ਨੂੰ ਤੜਕੇ ਸਿੱਧਿਆਂ ਉੱਠ ਕੇ ਪਾ ਦੂੰਗਾ ਮੈਂ, ਹੈ ਨਾ, ਉਹ ਕੋਈ ਚੱਕਰ ਵਾਲੀ ਗੱਲ ਨਹੀਂ, ਬਸ ਵਾਲ ਸਟੇਟ ਕਰਾ ਕੇ ਅਤੇ ਸੌਣਾ ਹੀ ਹੈ, ਜਾਣਾ ਕਿਤੇ ਨਹੀਂ, ਕਿਤੇ ਟੈਨਸ਼ਨ 'ਚ ਨਾ ਪਾਜੋ, ਭੈਣ ਚੁੱਕ ਤੱਦੀ ਰਾਤ ਨੂੰ ਕੈਂ ਹੋਏ ਫਿਰਦੇ ਹਾਂ, ਮਾਰਤੇ ਜਾਣਗੇ ਦੋਵੇਂ, ਇੱਥੇ ਪਏ ਹਾਂ ਅਸੀਂ, ਕੋਈ ਨਹੀਂ ਸਾਦਾ ਸਾਨੂੰ, ਨਾ ਟੈਨਸ਼ਨ ਲਓ ਐਵੇਂ। ਓਕੇ ਮੇਰੇ ਵੀਰੋ ਵਾਲ ਕਰਤੇ ਆ ਸਟੇਟ ਬਾਈ, ਅਸੀਂ ਠੀਕ ਹੈ ਕਿ ਨਹੀਂ, ਲਗਭਗ ਓਕੇ ਹੈ, ਜੁਲਫਾਂ ਲੱਗ ਗਈਆਂ ਰਹਿ ਲਹਿਰਾਉਣ ਮਿਰਗਾਂ ਪਹਿਲਾਂ ਨੂੰ, ਹੈ ਨਾ, ਅਤੇ ਸੈੱਟ ਹੈ ਕੰਮ, ਅਤੇ ਬਸ ਵਲੋਗ ਦੀ ਐਂਡਿੰਗ ਵੀ ਕਰ ਹੀ ਦੇਗੇ ਭਾਈ, ਹੈ ਨਾ, ਐਵੇਂ ਕੀ ਫਾਇਦਾ, ਬਾਹਲਾ ਪਾਣੀ ਦੀ ਮਧਾਈ ਜੀ ਪਾਈਦਾ। ਬਾਕੀ ਮਿਸਤਰੀ ਨਾਲ ਤੁਹਾਡੀ ਗੱਲਬਾਤ ਅਸੀਂ ਕਰਾ ਦੀ ਸੀਗੀ, ਅੱਜ ਮਿਸਤਰੀ ਸੈੱਟ ਬੈਟ ਸੀਗਾ, ਅਤੇ ਹਜੇ ਵੀ ਕਿਸੇ ਨੇ ਕਿੰਤੂ ਪ੍ਰੰਤੂ ਕੀਤੀ, ਹਾਂ, ਅਤੇ ਆਨੇ ਕੱਢ ਕੇ ਬਾਹਰ ਰੱਖ ਦਿੰਦੇ ਉਹਨੇ ਨਾਲ ਦੀ ਨਾਲ, ਸਿੱਧੀ ਗੱਲ ਹੀ ਹੈ, ਹੈ ਨਾ। ਬਾਕੀ ਤੁਹਾਡੇ ਨਾਲ ਗੱਲ ਜ਼ਰੂਰ ਕਰਾਵਾਂਗੇ, ਹੈ ਨਾ, ਸਾਹਿਬ ਦੀ ਸਾਂਝੀ ਗਊਸ਼ਾਲਾ ਪਿੰਡ ਦੀ ਜਿੱਥੇ ਮਿਸਤਰੀ ਲੱਗਿਆ ਸੀਗਾ, 20-21 ਹਜ਼ਾਰ ਤੁਸੀਂ ਮੰਨਦੇ ਨਹੀਂ, ਤੁਸੀਂ ਭੈਣ ਉਹਦਾ ਤੁਸੀਂ ਐਕਸਪੀਰੀਅੰਸ ਤਾਂ ਵੇਖੋ ਭਰਾਵੋ, 60 ਸਾਲ ਉਮਰ ਆ ਉਹਦੀ, ਅਤੇ 40 ਸਾਲ ਹੋ ਗਏ ਉਹਨੂੰ ਕੰਮ ਕਰਦੇ ਨੂੰ, ਠੀਕ ਹੈ ਕਿ ਨਹੀਂ, ਬਹੁਤ ਬਣ ਜਾਂਦਾ। ਚਲੋ ਓਕੇ ਬਾਬੇ, ਕੋਈ ਗੱਲ ਨਹੀਂ, ਕੱਲ੍ਹ ਨੂੰ ਮਿਲਦੇ, ਦੇਖਦੇ ਕੀ ਬਣਦਾ, ਹੈ ਨਾ, ਠੀਕ ਹੈ ਜੀ, ਬਾਏ ਬਾਏ ਸਾਰਿਆਂ ਨੂੰ, ਬਾਏ ਬਾਏ ਜੀ, ਓਕੇ।